ਫਾਜ਼ਿਲਕਾ ਦੇ ਪਿੰਡ ਸ਼ਤੀਰਵਾਲਾ ਦੇ ਵਿੱਚ ਅੱਜ ਦੀ ਸੋਲਜਰ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ। ਫਾਜ਼ਿਲਕਾ ਦੇ ਪਿੰਡ ਸ਼ਤੀਰਵਾਲਾ ਦੇ ਵਿੱਚ ਅੱਜ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਅਤੇ ਦ ਸੋਲਜਰ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਯੂਆ ਪਹੁੰਚੇ ਜਿਨ੍ਹਾਂ ਵੱਲੋਂ ਖੂਨਦਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦੇ ਆਗੂ ਰਾਜੀਵ ਕੁਕੜੇਜਾ ਨੇ ਦੱਸਿਆ ਕਿ ਉਹਨਾਂ ਵੱਲੋਂ ਹੁਣ ਸ਼ਹਿਰ ਤੋਂ ਬਾਅਦ ਪਿੰਡਾਂ ਦੇ ਵਿੱਚ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ ਅਤੇ ਫਾਜ਼ਿਲਕਾ ਦੇ ਬਲੱਡ ਬੈਂਕ ਦੇ ਵਿੱਚ ਚੱਲ ਰਹੀ ਖੂਨ ਦੀ ਕਮੀ ਨੂੰ ਪੂਰਾ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬਲੱਡ ਬੈਂਕ ਦੇ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਉਹਨਾਂ ਵੱਲੋਂ ਹੁਣ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੇ ਹਨ ਅਤੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਅੰਦਰ ਖੂਨਦਾਨ ਨੂੰ ਲੈ ਕੇ ਖਾਸਾ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ। ਸਰ, ਅੱਜ ਦਾ ਜੋ ਕੈਂਪ ਹੈ ਪਿੰਡ ਸ਼ਤੀਰਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸ਼ਤੀਰਵਾਲਾ ਦੇ ਵਿੱਚ ਲਗਾਇਆ ਗਿਆ ਹੈ, ਸੋਲਜਰ ਵੈਲਫੇਅਰ ਫਾਊਂਡੇਸ਼ਨ ਔਰ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਸਮੂਹਿਕ ਸਹਿਯੋਗ ਨਾਲ ਲਗਾਇਆ ਗਿਆ ਹੈ। ਦੇਖੋ, ਖੂਨਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇੱਕ ਇਨਸਾਨ ਇੱਕ ਮਾਤਰ ਸਰੋਤ ਹੈ ਖੂਨਦਾਨ ਕਰਨ ਦਾ। ਜੇਕਰ ਆਪਾਂ ਖੂਨਦਾਨ ਨਹੀਂ ਕਰਾਂਗੇ ਤਾਂ ਜਿਸ ਨੂੰ ਬਲੱਡ ਦੀ ਜ਼ਰੂਰਤ ਹੈ, ਖੂਨ ਦੀ ਜ਼ਰੂਰਤ ਹੈ, ਕਿਵੇਂ ਮਿਲ ਪਾਏਗਾ? ਅੱਜ ਦੀ ਦੁਨੀਆ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਹਰ ਇਨਸਾਨ ਚਾਹੁੰਦਾ ਕਿ ਸਾਨੂੰ ਖੂਨ ਮਿਲ ਜਾਏ, ਲੇਕਿਨ ਖੂਨ ਮਿਲੇਗਾ ਕਿਵੇਂ? ਇਹ ਪਾਣੀ ਦੀ ਬੋਤਲ ਨਹੀਂ ਹੈ, ਘਰ ਦੇ ਵਿੱਚ ਲੱਗਿਆ ਨਲਕਾ ਨਹੀਂ ਹੈ, ਘਰ ਦੇ ਵਿੱਚ ਲੱਗੀ ਸਮਰਸੀਬਲ ਦੀ ਮੋਟਰ ਨਹੀਂ ਹੈ ਕਿ ਆਪਾਂ ਮੋਟਰ ਚਲਾ ਕੇ ਖੂਨ ਕੱਢ ਲਾਂਗੇ। ਖੂਨ ਇੱਕ ਹਿਊਮਨ ਬੋਡੀ, ਇੱਕ ਇਨਸਾਨ ਡੋਨੇਟ ਕਰ ਸਕਦਾ ਹੈ। ਅਗਰ ਆਪਾਂ ਖੁਦ ਅੱਗੇ ਨਹੀਂ ਆਵਾਂਗੇ ਤਾਂ ਕੌਣ ਆਏਗਾ ਅਤੇ ਜ਼ਿੰਦਗੀਆਂ ਕਿਵੇਂ ਬਚਣਗੀਆਂ? ਇਹ ਜਿਹੇ ਲੋਕ ਸਾਡੇ ਕੋਲ ਕਈ ਮਿਸਾਲ ਨੇ ਜਿਹੜੇ 3 ਮਹੀਨੇ ਨਹੀਂ ਪੈਂਦੇ ਬਲੱਡ ਡੋਨੇਟ ਕਰਨ ਲਈ ਪਹੁੰਚ ਜਾਂਦੇ ਨੇ। ਉਹ ਲੋਕ ਵੀ ਨੇ ਜੋ ਆਪਣੇ ਮਾਂ ਬਾਪ ਆਪਣੇ ਭੈਣ ਭਰਾ ਦੇ ਖਾਤਰ ਡੋਨੇਟ ਨਹੀਂ ਕਰਦੇ, ਕਹਿੰਦੇ ਸਾਨੂੰ ਕਮਜ਼ੋਰੀ ਆ ਜਾਂਦੀ ਹੈ। ਦੇਖੋ, ਅਗਰ ਉਹ ਇਹ ਸੋਚ ਨੂੰ ਰੱਖਦੇ ਆ ਕਿ ਸਾਡੇ ਬਲੱਡ ਡੋਨੇਟ ਕਰਨ ਨਾਲ ਸਾਨੂੰ ਕਮਜ਼ੋਰੀ ਆ ਜਾਂਦੀ ਹੈ ਤਾਂ ਫਿਰ ਕਮਜ਼ੋਰੀ ਤਾਂ ਸਾਨੂੰ ਵੀ ਆ ਜਾਂਦੀ ਹੈ। ਅਸੀਂ ਤੁਹਾਡੇ ਪਿੱਛੇ ਕਿਉਂ ਡੋਨੇਟ ਕਰਾਂਗੇ? ਸਾਨੂੰ ਕੀ ਜ਼ਰੂਰਤ ਹੈ ਤੁਹਾਨੂੰ ਤੁਹਾਡੇ ਪਿੱਛੇ ਡੋਨੇਟ ਕਰੀਏ? ਹੁਣ ਤੁਹਾਡਾ ਪਰਿਵਾਰ ਦਾ ਸਦੱਸਿਆ, ਤੁਹਾਡਾ ਪਰਿਵਾਰਿਕ ਮੈਂਬਰ ਤੁਹਾਡਾ, ਅਸੀਂ ਤੁਹਾਨੂੰ ਜਾਣਦੇ ਨਹੀਂ, ਅਸੀਂ ਖੂਨਦਾਨ ਕਿਉਂ ਕਰੀਏ? ਇਹ ਗੱਲ ਆਉਂਦੀ ਹੈ ਇਨਸਾਨੀਅਤ ਦੀ। ਇੱਕ ਇਨਸਾਨੀਅਤ ਖਾਤਰ ਖੂਨਦਾਨ ਕਰੀਏ, ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਇਨਸਾਨ ਪਹਿਲਾਂ ਬਣਾਇਆ। ਜਾਤ ਪਾਤ ਜਿਹੜੀ ਬਰਾਦਰੀ ਹੈ ਉਹ ਇੱਕ ਅਲੱਗ ਚੀਜ਼ ਹੈ, ਸਭ ਤੋਂ ਪਹਿਲਾਂ ਸਭ ਦੇ ਵਿੱਚ ਰੱਬ ਵੱਸਦਾ ਹੈ। ਤਾਂ ਪਰਮਾਤਮਾ ਨੇ ਕਿਹਾ ਕਿ ਇਨਸਾਨ ਇੱਕ ਇਨਸਾਨ ਦੀ ਸੇਵਾ ਵੀ ਕਰ ਲੈਂਦਾ ਤਾਂ ਮੈਨੂੰ ਪਾ ਲੈਂਦਾ ਹੈ। ਅਤੇ ਅੱਜ ਉਸੇ ਬਲੱਸ਼ ਦੇ ਵਿੱਚ ਸਾਡੇ ਅਮਨਦੀਪ ਜੀ, ਸੁਸ਼ੀਲ ਜੀ, ਰੁੜੀਆ ਰਾਮ ਜੀ, ਇਹਨਾਂ ਦੀ ਪੂਰੀ ਸਮੂਹ ਟੀਮ, ਸੋਲਜਰ ਵੈਲਫੇਅਰ ਫਾਊਂਡੇਸ਼ਨ ਕਲੱਬ ਅਤੇ ਸਾਡੀ ਟੀਮ ਜੋ ਰੈਗੂਲਰ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਸਾਡਾ ਕੈਂਪ ਲੱਗਿਆ ਹੋਇਆ ਹੈ। ਅਬੋਰ ਬਲੱਡ ਬੈਂਕ ਬੁਲਾਇਆ ਗਿਆ ਹੈ ਅਤੇ ਬਲੱਡ ਲੈਣ ਵਾਸਤੇ ਪਿੰਡ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਗਿਆ ਔਰ ਕਿਹਾ ਗਿਆ ਅਸੀਂ ਸੋਲਜਰ ਜ਼ਰੂਰ ਕਰਾਂਗੇ, ਪਰ ਇਹ ਤੁਹਾਡੀ ਬਦੌਲਤ ਹੋਣਾ ਹੈ, ਤੁਹਾਡੇ ਪਿੰਡ ਵਾਲਿਆਂ ਖਾਤਰ ਦੀ ਬਦੌਲਤ ਹੋਣਾ ਹੈ। ਕਿਉਂਕਿ ਅਸੀਂ ਇੱਕ ਹਾਂ, ਅਗਰ ਤੁਸੀਂ ਸਾਡੇ ਨਾਲ ਮਿਲ ਕੇ ਹੋ ਜਾਂਦੇ ਤਾਂ ਅਸੀਂ 1000 ਬਣ ਸਕਦੇ ਹਾਂ, ਤਾਂ 1000 ਬਣਨ ਲਈ ਸਾਡੇ ਨਾਲ ਖੜਨਾ ਪਏਗਾ। ਹਾਂ, ਤੁਹਾਨੂੰ ਫਾਜ਼ਿਲਕਾ ਬੋਰਡ ਦੇ ਵਿੱਚ ਬਲੱਡ ਦੀ ਜ਼ਰੂਰਤ ਹੈ, ਸਾਡੀ ਟੀਮਾਂ ਬੈਠੀਆਂ ਨੇ, ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਕੇ ਦੇਵਾਂਗੇ, ਲੇਕਿਨ ਇੱਕ ਵਾਰੀ ਟ੍ਰਾਇਲ ਜ਼ਰੂਰ ਕਰੋ। ਬੰਦਾ ਕਹਿੰਦਾ ਨਾ, ਜ਼ਿੰਦਗੀ ਦੇ ਵਿੱਚ ਹਰ ਬੰਦੇ ਨੂੰ ਹਰ ਕੰਮ ਦਾ ਤਜਰਬਾ ਹੋਣਾ ਚਾਹੀਦਾ, ਹਰ ਚੰਗੇ ਕੰਮ ਦਾ, ਤਾਂ ਇਹ ਉਹ ਕੰਮ ਹੈ ਜਿਸ ਨੂੰ ਪਰਮਾਤਮਾ ਨੇ ਇੱਕ ਵਰ ਬਖਸ਼ਿਆ ਹੋਇਆ ਕਿ ਇਹ ਉਹੀ ਇਨਸਾਨ ਕਰ ਸਕਦਾ ਹੈ ਜਿਸ ਨੂੰ ਉਸਨੇ ਵਰ ਦਿੱਤਾ ਹੋਇਆ। ਤਾਂ ਅੱਜ ਤੁਹਾਡੇ ਕੋਲ ਮੁੱਖ ਹੈ, ਤੁਹਾਡੇ ਪਿੰਡ ਵਿੱਚ ਚੱਲ ਕੇ ਆਏ ਹਾਂ, ਤੁਹਾਡੀ ਜਗ੍ਹਾ 'ਤੇ ਚੱਲ ਕੇ ਆਏ ਹਾਂ। ਤੁਸੀਂ ਫਾਜ਼ਿਲਕਾ ਨਹੀਂ ਆ ਸਕਦੇ, ਕੋਈ ਗੱਲ ਨਹੀਂ, ਤੁਸੀਂ ਅਬੋਹਰ ਨਹੀਂ ਆ ਸਕਦੇ, ਕੋਈ ਗੱਲ ਨਹੀਂ, ਲੇਕਿਨ ਤੁਹਾਡੇ ਪਿੰਡ ਦੇ ਵਿੱਚ, ਸਕੂਲ ਦੇ ਵਿੱਚ ਤੁਸੀਂ ਪਹੁੰਚ ਕੇ ਆਪਣਾ ਖੂਨਦਾਨ ਕਰੋ। ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਹੁੰਦੀ ਖੂਨਦਾਨ ਕਰਨ ਨਾਲ, ਤੁਹਾਡੇ ਸਮਕਸ਼ ਬੈਠੇ ਹਾਂ, ਹਰ ਬੰਦਾ 3 ਮਹੀਨੇ ਬਾਅਦ ਡੋਨੇਟ ਕਰਦਾ ਹੈ, ਦੁਬਾਰਾ ਫਿਰ ਆਪਾਂ ਦੁਬਾਰਾ ਬਲੱਡ ਲੈਂਦੇ ਹਾਂ, ਬੰਦਾ ਤੰਦਰੁਸਤ ਹੋ ਜਾਂਦਾ ਹੈ। ਜਿਸ ਤਰ੍ਹਾਂ ਆਪਣੀ ਬੋਡੀ ਦੇ ਵਿੱਚ ਬਲੱਡ ਬਣਦਾ ਹੈ, ਆਪਾਂ 3 ਮਹੀਨੇ ਬਾਅਦ ਕਰਵਾਉਂਦੇ ਹਾਂ ਤਾਂ ਬੋਡੀ ਪਿਓਰੀਫਾਈ ਹੁੰਦੀ ਰਹਿੰਦੀ ਹੈ। ਇੱਕ ਬਾਈਕ ਦਾ ਇੰਜਨ ਜਿਹੜਾ ਆਪਾਂ ਸਰਵਿਸ ਕਰਾਉਂਦੇ ਹਾਂ, ਕਿਉਂ ਕਰਾਉਂਦੇ ਹਾਂ? ਤਾਂ ਜੋ ਉਹਦੇ ਕਚਰਾ ਆ ਜਾਂਦਾ ਹੈ ਉਹ ਖਰਾਬੀ ਕਰਨੀ ਸ਼ੁਰੂ ਕਰ ਦਿੰਦਾ ਹੈ। ਉਹ ਵੀ ਆਪਣਾ ਸਰੀਰ ਆ, ਆਪਣਾ ਸਰੀਰ ਵੀ ਇੱਕ ਮਸ਼ੀਨ ਹੈ, ਤਾਂ ਇਸ ਮਸ਼ੀਨ ਨੂੰ ਚਲਾਉਣ ਵਾਸਤੇ ਆਪਣਾ ਬਲੱਡ ਰੋਟੇਟ ਕਰਨਾ ਜ਼ਰੂਰੀ ਹੈ। ਆਪਾਂ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ ਇਨਸਾਨੀਅਤ ਖਾਤਰ। ਅਗਰ ਆਪਾਂ ਇਹ ਸੋਚਾਂਗੇ ਖੂਨਦਾਨ ਨਹੀਂ ਕਰਾਂਗੇ ਤਾਂ ਜ਼ਿੰਦਗੀਆਂ ਕਿਵੇਂ ਬਚਣਗੀਆਂ, ਬਲੱਡ ਕਿੱਥੋਂ ਆਏਗਾ? ਤਾਂ ਮੇਰੀ ਸਾਰੇ ਪਿੰਡ ਸ਼ਤੀਰਵਾਲਾ ਵਾਸੀਆਂ ਨੂੰ ਅਪੀਲ ਹੈ ਕਿ ਜੋ ਵੀ ਮੇਰੀ ਇਸ ਵੀਡੀਓ ਨੂੰ ਵਾਚ ਕਰ ਰਿਹਾ ਹੈ, ਅੱਜ ਐਤਵਾਰ 8-10 ਨੂੰ ਪਿੰਡ ਦੇ ਵਿੱਚ ਤੁਹਾਡੇ ਸਕੂਲ ਦੇ ਵਿੱਚ ਕੈਂਪ ਲੱਗਿਆ ਹੋਇਆ ਹੈ, 1 ਵਜੇ ਤੱਕ ਚੱਲੇਗਾ। ਜੋ ਵੀ ਸੱਜਣ ਖੂਨਦਾਨ ਕਰਨਾ ਚਾਹੁੰਦਾ ਹੈ ਇੱਥੇ ਆ ਕੇ ਖੂਨਦਾਨ ਕਰੇ। ਔਰ ਸੋਲਜਰ ਵੈਲਫੇਅਰ ਫਾਊਂਡੇਸ਼ਨ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਵਧੀਆ ਉਪਰਾਲਾ ਮਿਥਿਆ, ਜਿਨ੍ਹਾਂ ਦੀ ਬਦੌਲਤ ਅੱਜ ਬਲੱਡ ਇਕੱਠਾ ਹੋ ਕੇ ਬਹੁਤ ਵਧੀਆ ਜ਼ਿੰਦਗੀਆਂ ਬਚਣਗੀਆਂ।